ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਸਦਕਾ ਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਅਸੀਂ ਸਮੇਂ ਵਿੱਚੋਂ ਸਮਾਂ ਕੱਢ ਰਹੇ ਹਾਂ ਜੀ, ਅਤੇ ਇਹ ਸਮਾਂ ਸਫਲ ਆ ਜਿਹੜਾ ਤੁਸੀਂ ਗੁਰੂ ਦੇ ਲੇਖੇ ਲਾ ਰਹੇ ਹੋ। ਦੇਖੋ, ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਉਹ ਬੰਦਾ ਮੇਰੇ ਨਾਲ ਈਰਖਾ ਕਰਦਾ, ਉਹ ਬੰਦਾ ਮੇਰੀ ਤਰੱਕੀ ਨੂੰ ਦੇਖ ਕੇ ਜਰਦਾ ਨਹੀਂ, ਇਹ ਹੁਣ ਦਾ ਹੀ ਨਹੀਂ, ਇਹ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ। ਕੁਝ ਲੋਕ ਜਿਹੜੇ ਸੀ ਇੱਥੋਂ ਤੱਕ ਸੀ ਕਿ ਗੁਰੂ ਸਾਹਿਬਾਨ ਜੀ ਦੇ ਨਾਲ ਵੀ ਈਰਖਾ ਕਰਦੇ ਰਹੇ ਆ। ਇਸ ਤਰ੍ਹਾਂ ਹੀ ਸੀਗਾ ਕੋਈ ਕੰਨ ਪਾਟਾ ਜੋਗੀ, ਉਹਦਾ ਹੰਕਾਰ ਕਿਵੇਂ ਤੋੜਿਆ ਸੀ ਮਹਾਰਾਜ ਜੀ ਨੇ, ਆਓ ਆਪਾਂ ਇਹ ਸਾਰੀ ਕਥਾ ਸਰਵਣ ਕਰਦੇ ਹਾਂ ਜੀ। ਕਿਵੇਂ ਉਹ ਜੋਗੀ ਦਾ ਅੰਤ ਹੋਇਆ, ਕਿਸ ਤਰ੍ਹਾਂ ਖੇਹੂ ਖੇਹ ਰਲੈ ਤਨ ਛੀਜੈ ਮਨਮੁਖ ਪਾਥਰ ਸਹਿਲ ਨਾ ਭੀਜੈ, ਕਿਵੇਂ ਇਹ ਪੱਥਰ ਦਿਲ ਇਨਸਾਨ ਜਿਹੜੇ ਆ ਇਹਨਾਂ ਨੂੰ ਕਿਹੜੀ ਸਜ਼ਾ ਮਿਲਦੀ ਆ ਜਿਹੜੇ ਗੁਰੂ ਦੁਖੀ ਹੁੰਦੇ ਆ। ਖਡੂਰ ਸਾਹਿਬ ਦੀ ਧਰਤੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਕੰਨ ਪਾਟੇ ਜੋਗੀਆਂ ਦਾ ਪੁਰਾਣਾ ਕੋਈ ਅਸਥਾਨ ਸੀਗਾ, ਅਨਪੜ੍ਹ ਲੋਕ ਸੀਗੇ, ਅੰਧ ਵਿਸ਼ਵਾਸ ਦੀਆਂ ਬੇੜੀਆਂ ਵਿੱਚ ਜਕੜੇ ਹੋਏ, ਉਹਨਾਂ ਦੇ ਦਿਲਾਂ ਉੱਤੇ ਜੋਗੀਆਂ ਨੇ ਆਪਦਾ ਪ੍ਰਭਾਵ ਪਾ ਲਿਆ ਸੀ। ਉਹ ਆਪਣੀ ਯੋਗ ਸਿੱਧੀ ਦੇ ਨਾਲ ਔੜ ਦੇ ਦਿਨਾਂ ਵਿੱਚ ਮੀਂਹ ਪਵਾ ਸਕਦੇ ਸੀ। ਰਿੱਧੀਆਂ ਸਿੱਧੀਆਂ ਤਾਂ ਹੁੰਦੀਆਂ ਨੇ ਅਸੀਂ ਜਾਣਦੇ ਹਾਂ, ਤਾਂ ਉਹਨਾਂ ਦੇ ਪਾਸ ਰਿੱਧ ਸਿੱਧ ਸੀਗੀ ਜਿਹਦੀ ਵਰਤੋਂ ਕਰਕੇ ਉਹ ਮੀਂਹ ਪਵਾ ਕੇ ਬਹੁਤ ਜ਼ਿਆਦਾ ਜਸ ਖੱਟ ਲੈਂਦੇ ਸੀ, ਲੋਕਾਂ ਵਿੱਚ ਬੱਲੇ ਬੱਲੇ ਆਪਣੀ ਕਰਵਾ ਲੈਂਦੇ ਸੀਗੇ। ਜੇ ਕਦੇ ਗੜੇ ਪੈਂਦੇ ਸੀ ਉਹ ਲੋਕਾਂ ਦੀ ਖੇਤੀ ਨੂੰ ਗੜੇ ਦੀ ਮਾਰ ਤੋਂ ਬਚਾ ਸਕਦੇ ਸੀ, ਇਹ ਸਿੱਧੀ ਉਹਨਾਂ ਕੋਲ ਸੀਗੀ। ਉਹ ਸਾਲ ਹੋਣੀ ਰੱਬ ਦੀ ਮਾਝੇ ਦੇ ਇਲਾਕੇ ਵਿੱਚ ਔੜ ਲੱਗ ਗਈ, ਮੀਂਹ ਨਹੀਂ ਪਿਆ, ਵਰਖਾ ਨਹੀਂ ਹੋਈ, ਪੁਰਾਣਾ ਜ਼ਮਾਨਾ, ਅੱਜ ਦੇ ਵਾਂਗ ਕੋਈ ਮੱਛੀ ਮੋਟਰਾਂ ਜਾਂ ਟਿਊਬਵੈੱਲ ਨਹੀਂ ਸਨ, ਕਾਲ ਪੈ ਗਿਆ ਜੀ। ਜੋਗੀਆਂ ਨੂੰ ਗੁਰੂ ਜੀ ਦੇ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ ਮੌਕਾ ਮਿਲ ਗਿਆ। ਇਸ ਕਰਕੇ ਇਹਨਾਂ ਜੋਗੀਆਂ ਦਾ ਮੁਖੀ, ਉਹਦਾ ਨਾਮ ਸੀ ਸ਼ਿਵਨਾਥ ਤਪਾ, ਉਹਨੂੰ ਕਹਿੰਦੇ ਹੁੰਦੇ ਸੀ। ਉਹ ਨਗਰ ਦੇ ਜਿਹੜੇ ਲੋਕ ਸੀਗੇ, ਜ਼ਿਮੀਂਦਾਰ ਸਾਰੇ ਰਲ ਕੇ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਸੀ, ਜੋਗੀ ਪਾਸ ਬੇਨਤੀ ਕਰਨ ਗਏ ਕਿ ਉਹ ਆਪਣੀ ਕਰਾਮਾਤ ਨਾਲ ਮੀਂਹ ਵਰਾ ਕੇ ਕਾਲ ਦੂਰ ਕਰੇ, ਜਿਸ ਤਰ੍ਹਾਂ ਉਹ ਕਰ ਸਕਦਾ। ਅੱਗੋਂ ਜਿਹੜਾ ਜੋਗੀ ਸੀ ਸ਼ਿਵਨਾਥ, ਉਹਨੂੰ ਮੁਸ਼ਕਲ ਸੀਗੀ, ਉਹ ਗੁਰੂ ਸਾਹਿਬ ਜੀ ਨਾਲ ਈਰਖਾ ਕਰਦਾ ਸੀ, ਬੜਾ ਔਖਾ ਹੋ ਕੇ ਬੋਲਿਆ, ਸਾਥੋਂ ਮੀਂਹ ਭਾਲਦੇ ਹੋ, ਅਜੇ ਤਾਂ ਇੱਥੇ ਈਸ਼ਵਰ ਦਾ ਹੋਰ ਕਹਿਰ ਟੁੱਟਣਾ ਇਹ ਨਗਰ 'ਤੇ, ਪੂਜਾ ਕਰਾਉਣ ਦੇ ਹੱਕਦਾਰ ਸਿਰਫ ਜਤੀ ਜੋਗੀ ਆ, ਪਰ ਤੁਸੀਂ ਸਾਨੂੰ ਛੱਡ ਕੇ ਇਹ ਗ੍ਰਹਿਸਤੀਆਂ ਨੂੰ ਪੂਜਣ ਲੱਗ ਪਏ ਹੋ, ਭਾਵ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਸੇਵਾ ਕਿਉਂ ਕਰਦੇ ਹੋ, ਇਹ ਮੀਂਹ ਵਰਾਉਣ ਦੀ ਪ੍ਰਾਰਥਨਾ ਉਹਦੇ ਕੋਲ ਕਰੋ ਜਾ ਕੇ, ਸਾਡੇ ਕੋਲ ਕੀ ਲੈਣ ਆਏ ਹੋ ਜਿਹੜਾ ਤੁਸੀਂ ਨਵਾਂ ਗੁਰੂ ਬਣਾਇਆ, ਜਾਓ ਉਹਨੂੰ ਕਹੋ ਜੇ ਉਹਦੇ ਵਿੱਚ ਕਰਾਮਾਤ ਹੈ ਆਪਣੀ ਕਰਾਮਾਤ ਨਾਲ ਮੀਂਹ ਪਵਾ ਦੇਵੇ, ਜਾਂ ਉਹਨੂੰ ਪਿੰਡੋਂ ਕੱਢ ਦਿਓ, ਨਗਰ 'ਚੋਂ ਧੱਕੇ ਮਾਰ ਕੇ ਬਾਹਰ ਕੱਢੋ, ਅੱਠਾਂ ਪੈਰਾਂ ਵਿੱਚ ਮੀਂਹ ਵਰਾ ਦੇਵਾਂਗਾ ਮੈਂ। ਤਪੇ ਸ਼ਿਵਨਾਥ ਨੇ ਜਿਵੇਂ ਸ਼ਰਤ ਰੱਖਦਾ ਬੰਦਾ ਕਿ ਆਹ ਕੰਮ ਕਰਨਾ ਹੀ ਕਰਨਾ, ਅਤੇ ਉਹਨੇ ਪਿੰਡ ਦੇ ਲੋਕਾਂ ਸਾਹਮਣੇ ਇੱਕ ਦੋ ਟੁੱਕ ਸ਼ਰਤ ਰੱਖ ਦਿੱਤੀ ਹੈ ਜੀ। ਨਗਰ ਦੇ ਜਿਹੜੇ ਦੁਖੀ ਲੋਕ ਸੀਗੇ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹਾਜ਼ਰ ਹੋ ਗਏ ਆ। ਜੋਗੀ ਦੀ ਮਿੱਥੀ ਹੋਈ ਸ਼ਰਤ ਉਹਨਾਂ ਮਹਾਰਾਜ ਜੀ ਨੂੰ ਕਹਿ ਸੁਣਾਈ ਆ। ਗੁਰਦੇਵ ਜੀ ਨੇ ਬਹੁਤ ਧੀਰਜ ਨਾਲ ਉੱਤਰ ਦਿੱਤਾ, ਕਹਿਣ ਲੱਗੇ ਭਲੇ ਪੁਰਸ਼ੋ, ਇਹ ਮੀਂਹ ਪੈਣਾ, ਮੀਂਹ ਵਰਾਉਣਾ ਜਾਂ ਔੜ ਲਾਉਣੀ,
ਇਹ ਤਾਂ ਜੀ ਸਭ ਕੁਝ ਜੋ ਵੀ ਹੁੰਦਾ ਉਹ ਰੱਬ ਦੇ ਹੱਥ ਵਿੱਚ ਆ, ਮਾਲਕ ਦੇ ਹੱਥ ਆ। ਬੰਦਾ ਉਹਦੇ ਕੰਮਾਂ ਵਿੱਚ ਕੀ ਦਖਲ ਦੇ ਸਕਦਾ? ਗੁਰਸਿੱਖਾਂ ਨੂੰ ਤਾਂ ਭਾਣੇ ਵਿੱਚ, ਰਜ਼ਾ ਵਿੱਚ ਰਹਿਣਾ ਚਾਹੀਦਾ ਜੋ ਸਾਡੇ ਵਿੱਚ ਹੈ। ਇੱਕ ਨਾਮ ਸਿਮਰਨ ਤੋਂ ਬਿਨਾਂ ਕੋਈ ਕਰਾਮਾਤ ਨਹੀਂ ਹੈਗੀ। ਦੂਜੀ ਸ਼ਰਤ ਰਹੀ ਪਿੰਡ ਛੱਡ ਕੇ ਚਲੇ ਜਾਣ ਦੀ। ਜੇ ਤੁਹਾਨੂੰ ਲੱਗਦਾ ਸਾਡੇ ਚਲੇ ਜਾਣ ਨਾਲ ਨਗਰ ਦਾ ਭਲਾ ਹੋ ਜਾਵੇਗਾ, ਇੱਥੇ ਮੀਂਹ ਪੈ ਜਾਵੇਗਾ, ਕਾਲ ਦੂਰ ਹੋ ਜਾਵੇਗਾ, ਮਹਾਰਾਜ ਕਹਿੰਦੇ ਕੱਲ੍ਹ ਹੀ ਕਿਉਂ, ਸ਼ਾਮ ਨੂੰ ਹੀ ਕਿਉਂ, ਹੁਣੇ ਹੀ, ਅੱਜ ਹੀ ਅਸੀਂ ਨਗਰ ਛੱਡ ਜਾਂਦੇ ਹਾਂ। ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਇੰਨੀ ਨਿਮਰਤਾ ਸੀਗੀ ਸਾਧ ਸੰਗਤ ਜੀ, ਸਿੱਖਣ ਦੀ ਲੋੜ ਅੱਜ ਦੇ ਸਿੱਖਾਂ ਨੂੰ, ਗੁਰੂ ਵਿੱਚ ਇੰਨੀ ਸਹਿਨਸ਼ੀਲਤਾ। ਤਾਂ ਪਿੰਡ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਅਸਲ ਵਿੱਚ ਕਿਹਾ ਤਾਂ ਗੁਰੂ ਜੀ ਨੂੰ ਸਿੱਧੇ ਤੌਰ 'ਤੇ ਇਹੀ ਸੀਗਾ ਵੀ ਸਾਡੇ ਨਗਰ 'ਚੋਂ ਚਲੇ ਜਾਓ। ਗੁਰੂ ਮਹਾਰਾਜ ਉਹ ਦਿਨ ਖਡੂਰ ਸਾਹਿਬ ਤੋਂ ਕੂਚ ਕਰਕੇ ਪਿੰਡ ਉੱਥੇ ਜੀ ਖਾਨ ਰਜਾਦੇ ਦੀ ਜੂਹ ਵਿੱਚ ਜਾ ਬੈਠੇ ਆ। ਹੁਣ ਸ਼ਿਵਨਾਥ ਤਪੇ ਸਾਹਮਣੇ ਔਖੀ ਘੜੀ ਆ ਗਈ ਹੈ। ਲੱਗਾ ਮੰਤਰ ਪੜ੍ਹਨ, ਟੂਣੇ ਕਰਨ। ਤਪੇ ਨੇ ਜੱਟਾਂ ਨਾਲ 8 ਪਹਿਰ ਦੀ ਸ਼ਰਤ ਰੱਖੀ ਸੀ। ਕਹਿੰਦਾ ਸੀ 8 ਪਹਿਰਾਂ ਵਿੱਚ 24 ਘੰਟਿਆਂ ਵਿੱਚ ਮੀਂਹ ਪਊਗਾ ਹੀ ਪਊਗਾ। ਉੱਥੇ 24 ਘੰਟੇ ਨਹੀਂ, ਕਈ ਦਿਨ ਬੀਤ ਗਏ। ਔੜ ਦੇ ਕਾਰਨ ਫਸਲਾਂ ਸੜ ਕੇ ਤਬਾਹ ਹੋ ਗਈਆਂ, ਜੱਟ ਜ਼ਿਮੀਂਦਾਰ ਕਾਲੇ ਪੈ ਗਏ, ਜੋਗੀ ਦਾ ਪਾਜ ਉੱਗੜ ਗਿਆ। ਉੱਗੜ ਹੀ ਜਾਣਾ ਸੀਗਾ ਕਿਉਂਕਿ ਉਹਦੇ ਸਾਰੇ ਤੰਤਰ ਮੰਤਰ ਉਹਨੇ ਝੜਪਿਆ ਕਰਕੇ ਸਭ ਕੁਝ ਫੇਲ ਹੋ ਗਿਆ ਉਹਦਾ। ਜੱਟਾਂ ਨੇ ਜੋਗੀ ਸ਼ਿਵਨਾਥ ਨੂੰ ਘੇਰਿਆ, ਬੜੇ ਖਰਬੇ ਸ਼ਬਦਾਂ ਵਿੱਚ ਕਿਹਾ, ਜੋਗੀ ਜੀ ਤੇਰੇ ਆਖੇ ਲੱਗ ਕੇ ਅਸਾਂ ਨੇ ਗੁਰੂ ਜੀ ਨੂੰ ਪਿੰਡ ਵਿੱਚੋਂ ਕੱਢਿਆ ਬਾਹਰ, ਉਹ ਪਾਪ ਸਾਡੇ ਸਿਰ 'ਤੇ ਅਜੇ ਵੀ ਆ, ਤੁਸੀਂ ਮੀਂਹ ਪਵਾ ਨਹੀਂ ਸਕੇ, ਸਾਡੀ ਹੁਣ ਸ਼ਰਤ ਆਖਰੀ ਇਸੇ ਵੇਲੇ ਮੀਂਹ ਭਰਾਓ, ਨਹੀਂ ਤਾਂ ਤੁਹਾਡੀ ਜਾਣ ਦੀ ਖੈਰ ਨਹੀਂ। ਜ਼ਿਮੀਂਦਾਰ ਸਾਰੇ ਗੁੱਸੇ 'ਚ ਆ ਗਏ, ਆਪੇ ਤੋਂ ਬਾਹਰ ਹੋ ਗਏ ਵੀ ਅਸੀਂ ਤਾਂ ਗੁਰੂ ਸਾਹਿਬ ਜੀ ਨੂੰ ਆਪਣੇ ਨਗਰ 'ਚੋਂ ਵੀ ਕੱਢਤਾ ਬਾਹਰ, ਇਹ ਕਲੰਕ ਵੀ ਮੱਥੇ 'ਤੇ ਰਹਿ ਗਿਆ ਸਾਡੇ, ਅਤੇ ਮੀਂਹ ਫਿਰ ਨਹੀਂ ਪਿਆ। ਤਪਾ ਸ਼ਿਵਨਾਥ ਨਰਮ ਹੋਣ ਦੀ ਥਾਂ ਗਰਮ ਹੋ ਕੇ ਜੱਟਾਂ ਨੂੰ ਜ਼ਿਮੀਂਦਾਰਾਂ ਨੂੰ ਸ਼ਰਾਪ ਦੇਣ ਲੱਗ ਗਿਆ, ਗੁੱਸੇ 'ਚ ਆਪੇ 'ਚੋਂ ਬਾਹਰ ਹੋ ਗਿਆ। ਅਤੇ ਉਹ ਜਿਹੜੇ ਜੱਟ ਜ਼ਿਮੀਂਦਾਰ ਸੀਗੇ ਉਹਦੇ ਸ਼ਰਾਪ ਤੋਂ ਕਦੋਂ ਡਰਦੇ ਸੀਗੇ, ਕੁਝ ਉਹਨਾਂ ਵਿੱਚ ਵਧੇਰੇ ਭੜਕੀਲੇ ਸੀਗੇ, ਗੱਭਰੂ ਸੀ, ਨੌਜਵਾਨ, ਉਹਨਾਂ ਵਿੱਚ ਜੋਸ਼ ਬਹੁਤ ਜ਼ਿਆਦਾ ਸੀਗਾ। ਉਹਨਾਂ ਨੇ ਤਪੇ ਨੂੰ ਫੜ ਲਿਆ। ਜਦੋਂ ਇਸ ਤਰ੍ਹਾਂ ਉਹ ਕਰ ਰਹੇ ਆ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਆ ਪੁੱਜੇ ਆ ਜੀ। ਉਹ ਕੁਝ ਦਿਨਾਂ ਪਿੱਛੋਂ ਆਪਣੇ ਨਗਰ ਤੋਂ ਪਰਤੇ ਸੀ ਕਿ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਾਂ। ਸਾਰੀ ਵਾਰਤਾ ਸੁਣ ਕੇ ਉਹਨਾਂ ਨੇ ਜੱਟਾਂ ਨੂੰ ਕਿਹਾ, ਮੀਂਹ ਪਵਾਉਣਾ ਚਾਹੁੰਦੇ ਹੋ, ਛੱਡੋ ਇਹ ਨੂੰ, ਇੱਥੇ ਛੱਡ ਦਿਓ, ਤਾਂ ਆਓ ਰਲ ਕੇ ਗੁਰੂ ਅੰਗਦ ਦੇਵ ਜੀ ਤੋਂ ਮਾਫ਼ੀ ਮੰਗਦੇ ਹਾਂ, ਉਹਨਾਂ ਅੱਗੇ ਅਰਦਾਸ ਕਰਦੇ ਹਾਂ। ਸਭ ਕਰਨੀਆਂ ਦੇ ਮਾਲਕ ਤਾਂ ਉਹੀ ਨੇ ਜੀ। ਕੁਝ ਲੋਕ ਅਰਦਾਸ ਵਿੱਚ ਸ਼ਾਮਿਲ ਹੋਏ ਆ, ਪਰ ਗੱਭਰੂਆਂ ਦਾ ਗੁੱਸਾ, ਨੌਜਵਾਨਾਂ ਦਾ ਗੁੱਸਾ ਜੋਗੀ 'ਤੇ ਨਿਕਲਣਾ ਹੀ ਸੀਗਾ। ਉਹ ਜ਼ਿਮੀਂਦਾਰ ਪੂਰੇ ਔਖੇ ਸੀਗੇ ਵੀ ਸਾਡੇ ਝੂਠੇ ਨੇ ਮਾਰ ਕੇ ਗੁਰੂ ਪਾਤਸ਼ਾਹ ਜੀ ਨੂੰ ਨਗਰ 'ਚੋਂ ਕਢਾਇਆ, ਕਿਸੇ ਨੇ ਵਿੱਚੋਂ ਕੋਈ ਗੱਲ ਕਹਿਤੀ ਇੱਕ, ਜਦੋਂ ਭਾਵ ਜੋਸ਼ ਆਇਆ ਹੋਵੇ ਵੀ ਜੋਗੀ ਨੂੰ ਧੂ ਕੇ ਖੇਤਾਂ 'ਚ ਲੈ ਕੇ ਚੱਲੋ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਤਾਂ ਇਹ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਬਚਨ ਕਹੇ ਸੀਗੇ ਵੀ ਜਿਸ ਜਿਸ ਖੇਤ ਵਿੱਚ ਤਪੇ ਦਾ ਸਰੀਰ ਖਿੱਚ ਕੇ ਲੈ ਕੇ ਜਾਓਗੇ ਉਹ ਖੇਤ ਵਿੱਚ ਮੀਂਹ ਪਊਗਾ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਲਿਖਿਆ, ਜੋਗੀ ਪੱਗ ਰੱਸਾ ਪਾਏ ਜਹਾਂ ਖਿੰਚੋ ਵਰਸਾ ਤਹਾਂ। ਗੁਰੂ ਅਮਰਦਾਸ ਜੀ ਵੱਲੋਂ ਕੀਤੀ ਅਰਦਾਸ, ਅਸਮਾਨ ਉੱਤੇ ਬਦਲੀਆਂ ਬਣੀਆਂ ਨੇ ਅਤੇ ਪਹਿਲਾਂ ਥੋੜ੍ਹੀਆਂ ਥੋੜ੍ਹੀਆਂ ਬੂੰਦਾਂ ਵਰਸਣ ਲੱਗੀਆਂ। ਹੁਣ ਜੱਟ ਜੋਗੀ ਜਿਹੜੇ ਸੀਗੇ
ਉਹਨੂੰ ਧੂ ਕੇ ਜੱਟਾਂ ਨੇ ਕਿਹਾ ਵੀ ਸਾਡੇ ਖੇਤ ਵਿੱਚ ਮੀਂਹ ਪਵੇ। ਹਰ ਕੋਈ ਜ਼ਿਮੀਂਦਾਰ ਚਾਹੁੰਦਾ ਸੀ ਧੂ ਧੂ ਕੇ, ਉਹ ਕਹੇ ਮੇਰੇ ਖੇਤਾਂ 'ਚ ਚੱਲ, ਉਹ ਕਹੇ ਮੇਰੇ ਖੇਤਾਂ 'ਚ ਚੱਲ। ਇਸ ਤਰ੍ਹਾਂ ਉਹਨੂੰ ਧੂ ਧੂ ਕੇ ਆਪਣੇ ਖੇਤਾਂ 'ਚ ਲੈ ਕੇ ਗਏ। ਕੁਦਰਤ ਦੇ ਖੇਲ, ਛੋਟੀ ਛੋਟੀ ਬੂੰਦਾਬਾਂਦੀ ਵੱਧ ਕੇ ਮੌਲੇ ਧਾਰ ਵਰਖਾ ਹੋਈ ਆ ਜੀ। ਜੋ ਜੱਟਾਂ ਨੇ ਜ਼ਿਮੀਂਦਾਰਾਂ ਨੇ ਸੋਚਿਆ ਇਹ ਗੁਰੂ ਅੱਗੇ ਅਰਦਾਸ ਕਰਨ 'ਤੇ ਜੋਗੀ ਨੂੰ ਸਜ਼ਾ ਦੇਣ ਕਰਕੇ ਮੀਂਹ ਪੈਣਾ ਸ਼ੁਰੂ ਹੋਇਆ, ਉਹਨਾਂ ਨੇ ਜੋਗੀ ਦੀ ਲੱਤ ਨੂੰ ਰੱਸਾ ਪਾ ਕੇ ਆਪਣੇ ਖੇਤਾਂ 'ਚ ਧੂਣਾ ਸ਼ੁਰੂ ਕੀਤਾ। ਇਵੇਂ ਧੂੰਦਾ ਧੂੰਦਾ ਉਹ ਜੋਗੀ ਸ਼ਿਵਨਾਥ ਗੁਰੂ ਕਾ ਦੁਖੀ ਮਰ ਗਿਆ ਸੀਗਾ। ਹਰਨਾਮ ਨਾ ਸਿਮਰੇ ਸਾਧ ਸੰਗ, ਤੈ ਤਨ ਉੱਡੈ ਖੇ, ਜਿਨ ਕੀਤੀ ਤਿਸੈ ਨਾ ਜਾਣੀ, ਨਾਨਕ ਫਿੱਟ ਅਲੂਣੀ ਦੇ। ਜਿਹੜੇ ਸਾਧ ਸੰਗਤ ਵਿੱਚ ਆ ਕੇ ਨਾਮ ਨਹੀਂ ਸਿਮਰਦੇ ਉਹਨਾਂ ਦੇ ਸਰੀਰ ਦਾ ਵੀ ਇਹੀ ਹਾਲ ਹੁੰਦਾ, ਉਹਨਾਂ ਦੇ ਸਿਰ 'ਤੇ ਸਵਾਈ ਪੈਂਦੀ ਹੈ ਜੀ। ਫਿੱਟ ਲਾਨਤਾਂ ਜਿਹੜੀ ਆ ਧਰੈਗ, ਉਹਨਾਂ ਦਾ ਜੀਵਨ ਲਾਨਤ ਭਰਿਆ ਹੋ ਜਾਂਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਆਪਣੇ ਗੁਰੂ ਵਾਲੇ ਬਣੋ ਜੀ। ਗੁਰੂ ਅਰਜਨ ਦੇਵ ਜੀ ਵੀ ਬਚਨ ਕਰਦੇ ਨੇ, ਘੱਟ ਵਸਹੇ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ। ਜਿਹਨੇ ਸਾਡੇ ਸਰੀਰ ਦੀ ਪਾਲਣਾ ਕੀਤੀ ਆ ਉਹਦੀ ਬੰਦਗੀ ਕਰੋ ਜੀ, ਉਹਦੀ ਵਾਹਿਗੁਰੂ ਦਾ ਨਾਮ ਜਪੋ ਜੀ। ਜਿਹੜੇ ਵੀ ਲੋਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਆ ਸੰਗਤ ਰੂਪ ਹੋ ਕੇ, ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਨਹੀਂ ਇਹ ਮਨ ਦੀਆਂ ਖੇਡਾਂ ਨੇ, ਮਨ ਦੀ ਜਿਹੜੀ ਖੇਡ ਆ ਬੜੀ ਨਿਰਾਲੀ ਆ। ਇਹ ਮਨ ਨਹੀਂ ਚਾਹੁੰਦਾ ਵੀ ਕੋਈ ਬੰਦਗੀ ਕਰੇ, ਮਨ ਜਿਹੜਾ ਹੈ ਵਿਕਾਰਾਂ ਵਾਲੀਆਂ ਚੀਜ਼ਾਂ ਨੂੰ ਚੰਗੀਆਂ ਲੱਗਦੀਆਂ ਨੇ। ਦੇਖੋ ਪਿੰਡ ਦੇ ਲੋਕਾਂ ਨੇ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਾਹਰ ਜਾਣ ਲਈ ਕਿਹਾ, ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ, ਫਿਰ ਉਹਨਾਂ ਨੇ ਸਾਰੇ ਪਿੰਡ ਵਾਲਿਆਂ ਨੇ ਮਹਾਰਾਜ ਤੋਂ ਮਾਫ਼ੀ ਮੰਗੀ। ਗੁਰੂ ਪਾਤਸ਼ਾਹ ਜੀ ਨੂੰ ਆਖਿਆ ਸਾਡੇ ਨਗਰ ਵਿੱਚ ਫਿਰ ਤੋਂ ਆਓ, ਉਹ ਦੁਖੀ ਜਿਹੜਾ ਤਪਾ ਸੀ ਉਹ ਮਰ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਦੇ ਸੀਗੇ ਵੀ ਇਹ ਤਪਾ ਜਿਹੜਾ ਇਹ ਬਗਲਾ ਹੀ ਆ, ਪਰ ਗੁਰੂ ਸਾਹਿਬ ਜੀ ਨੇ ਕੁਝ ਨਹੀਂ ਕਿਹਾ। ਜਿਵੇਂ ਵਾਹਿਗੁਰੂ ਦੀ ਰਜ਼ਾ ਸੀ ਉਸੇ ਤਰ੍ਹਾਂ ਹੀ ਹੋਇਆ, ਤਾਂ ਉਹ ਭਾਈ ਮਤ ਕੋਈ ਜਾਣੋ ਇਹ ਤਪਾ ਹੈ, ਇਹ ਤਪਾ ਥੋੜ੍ਹੀ ਹੈ, ਇਹ ਬਗਲਾ ਹੈ ਭਾਈ। ਤਾਂ ਇੱਥੇ ਕਹਿਣਾ ਪਵੇਗਾ ਦੁਨੀਆਂ ਵਿੱਚ ਬਹੁਤੇ ਲੋਕ ਆ ਜਿਨ੍ਹਾਂ ਕੋਲ ਧਾਰਮਿਕ ਸਿਰਫ ਇੱਕ ਬਾਣਾ ਤਾਂ ਹੈਗਾ ਪਰ ਉਹਨਾਂ ਅੰਦਰ ਬਾਣੀ ਨਹੀਂ ਹੈਗੀ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਇਹ ਮਨ ਦੀਆਂ ਹੀ ਖੇਡਾਂ ਨੇ। ਇਹ ਜਿਹੜਾ ਤਪਾ ਹੈ, ਅੰਦਰ ਬਹਿ ਤਪਾ ਪਾਪ ਕਮਾਏ, ਲੋਕਾਂ ਨੂੰ ਤਾਂ ਕਹਿੰਦਾ ਮੈਂ ਬਹੁਤ ਪੀਸ਼ਵਰ ਹਾਂ, ਇਹ ਜਿਹੜੇ ਤਪੇ ਹੁੰਦੇ ਆ ਪਖੰਡ ਕਰਦੇ ਆ, ਅੰਦਰੋਂ ਪਾਪ ਕਮਾਉਂਦੇ ਆ। ਇਸ ਕਰਕੇ ਇਹ ਜਿਹੜੇ ਹਨ, ਫਿਰ ਇਸ ਤਪੇ ਦੇ ਮੂੰਹੇ ਕੋਈ ਲੱਗੋ ਨਾ ਹੀ, ਇਹ ਸਤਿਗੁਰ ਹੈ ਫਿਟਕਾਰਿਆ। ਬਾਅਦ ਵਿੱਚ ਜਦੋਂ ਸੱਚ ਬਾਹਰ ਆ ਗਿਆ, ਤਪਾ ਦਾ ਕੋਈ ਚਿਹਰਾ ਨਹੀਂ ਸੀ ਦੇਖਣਾ ਚਾਹੁੰਦਾ, ਇਹ ਸੱਚੇ ਗੁਰੂ ਦਾ ਹੀ ਇਹਨੂੰ ਤਰਘਾਰ ਪਈ ਹੋਈ ਆ, ਲਾਂਤ ਪਈ ਹੋਈ ਆ। ਇਸ ਤਰ੍ਹਾਂ ਇਹ ਮਨ ਦੀਆਂ ਹੀ ਖੇਡਾਂ ਨੇ। ਤਾਂ ਸਤਸੰਗੀ ਦਾ ਧਰਮ ਹੈ ਹਮੇਸ਼ਾ ਮਨ ਦੀ ਚੌਂਕੀਦਾਰੀ ਕਰੇ, ਇਹਨੂੰ ਅਵਾਰਾ ਨਾ ਭਟਕਣ ਦੇਵੇ। ਮਨ ਦੀ ਚੌਂਕੀਦਾਰੀ ਕਰਨੀ ਕਿਉਂ ਜ਼ਰੂਰੀ ਆ? ਕਿ ਕਿਤੇ ਇੱਧਰ ਉੱਧਰ ਨਾ ਚੱਲਿਆ ਜਾਵੇ। ਇੱਕ ਮਹਾਤਮਾ ਜੀ ਸੀਗੇ, ਬੜੀ ਸੁੰਦਰ ਗਾਥਾ ਕਹਿ ਕੇ ਸਮਾਪਤੀ ਕਰੀਏ ਜੀ ਆਪਾਂ, ਅਤੇ ਉਹ ਦੁਕਾਨ 'ਤੇ ਖੜ੍ਹੇ ਉੱਥੋਂ ਦੀਆਂ ਚੀਜ਼ਾਂ ਨੂੰ ਵੇਖ ਰਹੇ ਆ। ਕੁਝ ਖਿਆਲ ਆਇਆ ਮਨ ਨੂੰ, ਕਹਿਣ ਲੱਗੇ ਵੀ ਤੇਰੀ ਬੜੀ ਸਿਫਤ ਸੁਣੀ ਆ, ਕੁਝ ਆਪਣੀ ਕਰਤੂਤ ਤਾਂ ਕਰਕੇ ਦਿਖਾ। ਦੇਖੋ ਮਨ ਦੀਆਂ ਕਰਤੂਤਾਂ ਹੀ ਹੁੰਦੀਆਂ ਨੇ। ਮਨ ਨੇ ਕਿਹਾ ਵੀ ਠਹਿਰੋ ਮਹਾਤਮਾ ਜੀ ਦਿਖਾਉਣਾ। ਉੱਥੇ ਇੱਕ ਸ਼ਖਸ ਸੀ, ਸ਼ਹਿਦ ਵਿੱਚ ਹੀ ਜਾ ਰਿਹਾ ਸੀਗਾ।
ਉਹਨੇ ਕੀ ਕੀਤਾ, ਉਹਦੀ ਮਟਕੀ ਵਿੱਚੋਂ ਸ਼ਹਿਦ ਦੀ ਉਂਗਲੀ ਭਰ ਕੇ ਇੱਕ ਕੰਧ ਨਾਲ ਲਾਤੀ। ਉੱਥੇ ਸ਼ਹਿਦ ਲਾਉਣ ਦੀ ਦੇਰ ਸੀ, ਉਹਦੀ ਖੁਸ਼ਬੂ ਪਾ ਕੇ ਆਪਾਂ ਨੂੰ ਪਤਾ ਵੀ ਮੱਖੀ ਜਦੀ ਮਿੱਠੇ 'ਤੇ ਆ ਜਾਂਦੀ ਆ। ਇੱਕ ਮੱਖੀ ਆ ਬੈਠੀ ਆ, ਲੱਗੀ ਅੱਖਾਂ ਬੰਦ ਕਰਕੇ ਸ਼ਹਿਦ ਚੱਟਣ, ਅਜੇ ਸ਼ਹਿਦ ਖਾ ਰਹੀ ਸੀ। ਇੱਕ ਕਿਰਲੀ ਨੇ ਦੇਖਿਆ ਵੀ ਇਹ ਤਾਂ ਮੇਰਾ ਸ਼ਿਕਾਰ ਆ ਗਿਆ। ਜਿਉਂ ਛਾਲ ਮਾਰੀ, ਮੱਖੀ ਨੂੰ ਸ਼ਹਿਦ ਸਣੇ ਨਿਕਲ ਗਈ ਆ, ਖਾ ਗਈ ਆ। ਉਹ ਦੁਕਾਨਦਾਰ ਨੇ ਬੜੇ ਪ੍ਰੇਮ ਨਾਲ ਇੱਕ ਬਿੱਲੀ ਪਾਲੀ ਹੋਈ ਸੀਗੀ, ਬਿੱਲੀ ਕਿਰਲੀ 'ਤੇ ਕੁੱਦੀ ਆ ਅਤੇ ਉਹਨੂੰ ਇੱਕੋ ਵਾਰ 'ਚ ਹੀ ਖਾ ਗਈ ਆ। ਕੋਲ ਹੀ ਇੱਕ ਗਾਹਕ ਦਾ ਕੁੱਤਾ ਖੜ੍ਹਾ ਸੀ, ਉਹਨੇ ਬਿੱਲੀ 'ਤੇ ਹਮਲਾ ਕਰਕੇ ਉਹਨੂੰ ਚੀਰ ਫਾੜ ਸੁੱਟਿਆ। ਦੁਕਾਨਦਾਰ ਨੂੰ ਗੁੱਸਾ ਆ ਗਿਆ, ਉਹਨੇ ਆਪਣੇ ਨੌਕਰਾਂ ਨੂੰ ਕਿਹਾ ਮਾਰ ਦਿਓ ਕੁੱਤੇ ਨੂੰ। ਉਹਨਾਂ ਨੇ ਡੰਡੇ ਮਾਰ ਮਾਰ ਕੇ ਕੁੱਤੇ ਨੂੰ ਇੰਨਾ ਮਾਰਿਆ, ਮਾਰ ਹੀ ਸੁੱਟਿਆ। ਉਹ ਜਿਹੜਾ ਕੁੱਤਾ ਸੀ ਕੋਲ ਖੜ੍ਹੇ ਗਾਹਕ ਦਾ ਸੀ, ਗਾਹਕ ਨੂੰ ਬੜਾ ਰੰਜ ਹੋਇਆ ਵੀ ਮੇਰਾ ਕੁੱਤਾ ਮਾਰਤਾ ਇਹ ਬਾਣੀਏ ਨੇ। ਉਹਨੇ ਦੁਕਾਨਦਾਰ ਨੂੰ ਗਾਲ ਕੱਢਤੀ ਆ। ਗਾਲ ਕੱਢਣ ਦੀ ਦੇਰ ਸੀ, ਦੋਵੇਂ ਉੱਥੇ ਜੁੱਤੀਓ ਜੁੱਤੀ ਹੋ ਪਏ ਆ ਜੀ, ਬਹੁਤ ਲੜਾਈ ਹੋ ਗਈ ਉਹਨਾਂ ਦੀ। ਦੁਕਾਨਦਾਰ ਨਾਲ ਉਹਦੇ ਨੌਕਰ ਸੀਗੇ, ਗਾਹਕ ਨਾਲ ਲੋਕ ਸੀਗੇ, ਬਹੁਤ ਲੜਾਈ ਹੋਈ। ਮਨ ਨੇ ਉਹ ਮਹਾਤਮਾ ਨੂੰ ਕਿਹਾ ਵੀ ਇਹ ਮੇਰੇ ਖੇਲ ਆ, ਇਹ ਮੇਰੇ ਧੋਖੇ ਆ, ਮੈਂ ਲੋਕਾਂ ਦੇ ਮਨ ਵਿੱਚ ਇਛਾਵਾਂ ਪੈਦਾ ਕਰਦਾ, ਉਹਨਾਂ ਨੂੰ ਮੂਰਖ ਬਣਾਉਂਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ, ਉਹਨਾਂ ਨੂੰ ਫਿਰ ਇਹ ਸਜ਼ਾ ਮਿਲਦੀ ਹੈ। ਦੇਖੋ ਇਹ ਮੇਰੇ ਹੀ ਕਰਮਾਂ, ਜੋ ਸਾਹਮਣੇ ਇੱਕ ਸ਼ਹਿਦ ਦੀ ਉਂਗਲ ਨੇ ਇੰਨਾ ਕੁਝ ਕਰਾਤਾ, ਹਜੇ ਤਾਂ ਥੋੜ੍ਹਾ ਹੀ ਦਿਖਾਇਆ। ਭਾਵ ਕਿ ਮਨ ਜਿਹੜਾ ਹੈ ਇਹਨੂੰ ਕਾਬੂ ਕਰਨਾ ਜਣੇ ਖਣੇ ਦੇ ਵੱਸ ਦਾ ਕੰਮ ਨਹੀਂ, ਇਹ ਤਾਂ ਬੰਦਗੀ ਤੋਂ ਬਿਨਾਂ ਤਾਂ ਕਾਬੂ 'ਚ ਆਉਂਦਾ ਹੀ ਨਹੀਂ। ਇਹ ਤਾਂ ਇਹ ਮਨ ਦੀਆਂ ਖੇਡਾਂ ਨੇ ਜੀ। ਇਹ ਤੁਸੀਂ ਵੇਖੋ ਤਾਂ ਸਹੀ ਜੀ, ਭਾਵ ਕਿ ਕਿੱਡੀ ਵੱਡੀ ਇਹ ਗੱਲ ਆ ਵੀ ਇੱਕ ਸ਼ਹਿਦ ਦੀ ਉਂਗਲ ਹੀ ਲਾਈ ਆ ਅਤੇ ਇੰਨਾ ਕੁਝ ਕਰਾ ਕੇ ਰੱਖ ਦਿੱਤਾ। ਇਹ ਤਾਂ ਮਨ ਜਿਹੜਾ ਹੈ, ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਤਾਂ ਮਨ ਰੂਪੀ ਦੁਸ਼ਮਣ ਅਜੇ ਜਿਉਂਦਾ ਵਾ, ਸਮਝ ਲਓ ਸਾਰੇ ਦੁਸ਼ਮਣ ਤੁਹਾਡੇ ਜਿਉਂਦੇ ਆ, ਜਿੰਦਾ ਹੀ ਨੇ, ਮਰੇ ਨਹੀਂ ਅਜੇ। ਜੇ ਮਨ ਰੂਪੀ ਦੁਸ਼ਮਣ ਮਰ ਗਿਆ, ਸਮਝ ਲਓ ਸਾਰੇ ਤੁਹਾਡੇ ਦੁਸ਼ਮਣ ਮਰੇ ਆ। ਅਤੇ ਮਨ ਦਾ ਮਰਨਾ ਬਹੁਤ ਜ਼ਰੂਰੀ ਆ, ਇਹ ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੱਸ ਰਹੀ ਆ, ਮਨ ਮਰੈ ਧਾਤ ਮਰ ਜਾਏ। ਗੁਰਮੁਖੋ, ਜੇ ਮਨ ਮਰੂਗਾ ਨਾ, ਮਨ ਮਰੇਗਾ, ਇਹਦੇ ਅੰਦਰ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਭਟਕਣਾ, ਉਹ ਵੀ ਮਰ ਜਾਵੇਗੀ। ਇਹ ਧਾਤ ਕਿਹਨੂੰ ਕਹਿੰਦੇ ਆ? ਭਟਕਣਾ ਨੂੰ। ਬਿਨ ਮੂਏ ਕੈਸੇ ਹਰ ਪਾਏ, ਕਿਸ ਤਰ੍ਹਾਂ ਮਰਨ ਤੋਂ ਬਿਨਾਂ ਮਨ ਦੇ ਸ਼ਾਂਤੀ ਆ ਸਕਦੀ ਆ? ਮਨ ਵੱਸ ਵਿੱਚ ਆਉਣ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਮਨ ਮਰੈ ਦਾਰੂ ਜਾਣੇ ਕੋਏ, ਵਿਰਲੇ ਬੰਦੇ ਹੀ ਆ, ਵਿਰਲੇ ਹੀ ਆ। ਗੁਰੂ ਅਮਰਦਾਸ ਜੀ ਬਚਨ ਕਰਦੇ ਆ ਵੀ ਜਿਹੜੇ ਮਨ ਨੂੰ ਕਾਬੂ ਕਰਨ ਦੀ ਦਵਾਈ ਸਮਝਦੇ ਆ, ਜਾਣਦੇ ਆ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਇਹ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਮਨ। ਵਾਹਿਗੁਰੂ ਵਾਹਿਗੁਰੂ ਜਦੋਂ ਆਪਾਂ ਸਿਮਰਦੇ ਹਾਂ ਤਾਂ ਉਹਦਾ ਮਨ ਮਰਦਾ, ਕਾਬੂ 'ਚ ਆ ਜਾਂਦਾ। ਜਿਸਨੋਂ ਬਖਸ਼ੇ ਦੇਹ ਵਡਿਆਈ, ਗੁਰਪ੍ਰਸਾਦ ਹਰ ਵਸੈ ਮਨਾਈ। ਪਰ ਵਾਹਿਗੁਰੂ ਜੀ ਇਹ ਜਿਹੜੀ ਨਾਮ ਦੀ ਸੋਭਾ ਜਿਹਨੂੰ ਬਖਸ਼ ਦਿੰਦੇ ਆ, ਉਹਦੇ ਹੀ ਅੰਦਰ ਇਹ ਵੱਸਦੀ ਆ, ਬਾਕੀਆਂ ਨੂੰ ਇਹ ਗੱਲ ਪਤਾ ਹੀ ਨਹੀਂ ਲੱਗਦੀ। ਗੁਰਮੁਖ ਕਰਨੀ ਕਾਰ ਕਮਾਵੇ, ਇਹ ਚੰਗੇ ਭਲੇ ਲੋਕਾਂ ਦੇ ਕੋਲ ਜਾ ਕੇ ਬੈਠੀਏ ਤਾਂ ਇਸ ਮਨ ਕੀ ਸੋਝੀ ਪਾਵੇ। ਫਿਰ ਇਹ ਮਨੂਏ ਦੀ, ਇਹ ਮਨ ਦੇ ਸੁਭਾਅ ਦੀ ਸਮਝ ਆਉਂਦੀ ਆ। ਮਨ ਮੈਂ ਮਤ ਮੈਂ ਗਲ ਮਿਕਦਾਰਾ, ਮਨ ਜਿਹੜਾ ਹੋਮੇ 'ਚ ਮਸਤ ਰਹਿੰਦਾ, ਜਿਵੇਂ ਕੋਈ ਹਾਥੀ ਨੇ ਸ਼ਰਾਬ ਪੀਤੀ ਹੋਵੇ ਜੀ। ਗੁਰ ਅੰਕ ਸਮਾਰ ਜੀ ਬਾਲਣ ਹਾਰ, ਗੁਰੂ ਫਿਰ ਉਹ ਲੋਹੇ ਦਾ ਕੁੰਡਾ ਵਰਤਦਾ, ਉਹਨੂੰ ਰਸਤਾ ਦਿਖਾਉਂਦਾ, ਜਿਵੇਂ ਹਾਥੀ ਨੂੰ ਮਹਾਵਤ ਕਾਬੂ 'ਚ ਕਰਦੇ ਆ ਨਾ, ਇਸ ਤਰ੍ਹਾਂ ਬਿਲਕੁਲ।
ਇਹ ਮਨੂਆ ਕਾਬੂ 'ਚ ਆਉਣ ਵਾਲਾ ਕਿੱਥੇ ਆ? ਕੋਈ ਵਿਰਲਾ ਹੀ ਇਹਨੂੰ ਜਿੱਤਦਾ, ਅਤੇ ਗੁਰੂ ਦੁਆਰਾ ਪਤਾ ਲੱਗਦਾ ਵੀ ਇਹਨੂੰ ਜਿੱਤਣਾ ਕਿਵੇਂ ਆ। ਤਾਂ ਇਸ ਤਰ੍ਹਾਂ ਜੀ ਉਹ ਜਿਹੜਾ ਜੋਗੀ ਸੀ, ਕੰਨ ਪਾਟੇ ਜੋਗੀ ਖਡੂਰ ਸਾਹਿਬ, ਆਪਣੀ ਜਗ੍ਹਾ ਪੱਕੀ ਕਰੀ ਫਿਰਦੇ ਸੀ। ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਉੱਥੋਂ ਕਢਵਾ ਦਿੱਤਾ, ਪਰ ਸੱਚ ਦੀ ਸਦਾ ਜਿੱਤ ਹੁੰਦੀ ਆ। ਅੱਜ ਅਸਥਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਾਮ 'ਤੇ ਹੀ ਉੱਥੇ ਬਣਿਆ ਹੋਇਆ ਜੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਆ। ਤਾਂ ਉਹ ਅਸਥਾਨ ਬੜਾ ਪਵਿੱਤਰ ਆ। ਆਪਾਂ ਵੇਖਦੇ ਹਾਂ ਸਧਾਰਨ ਲੋਕਾਂ ਵਿੱਚ ਅਤੇ ਮਹੱਤਵਪੂਰਨ ਲੋਕਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਗੁਰੂ ਸਾਹਿਬਾਨ ਦੇ ਬਾਰੇ ਤਾਂ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਜੀ, ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਮੁੰਦਰ ਆ, ਮਹਾਂ ਵੱਡੇ ਵੱਡੇ ਸਮੁੰਦਰ ਨੇ, ਤਾਂ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਗੁਰੂ ਸਾਹਿਬ ਦੇ ਗੁਣਾਂ ਦਾ ਪੰਤ ਕਿੱਥੋਂ ਪਾਲਾਂਗੇ ਜੀ? ਸਧਾਰਨ ਲੋਕ ਹੁੰਦੇ ਆ, ਕੁਝ ਮਹੱਤਵਪੂਰਨ ਲੋਕ ਹੁੰਦੇ ਆ, ਉਹਨਾਂ 'ਚ ਅੰਤਰ ਬਹੁਤ ਵੱਡਾ ਦਿਖਾਈ ਦਿੰਦਾ। ਸਧਾਰਨ ਲੋਕ ਸਿਰਫ ਪੈਸੇ ਕਮਾਉਂਦੇ ਆ, ਜਿਹੜੇ ਮਹੱਤਵਪੂਰਨ ਲੋਕ ਹੁੰਦੇ ਆ ਅਤੇ ਉਹ ਕੁਝ ਨਿਵੇਕਲਾ ਵੀ ਕਰਦੇ ਆ, ਇਕੱਲਾ ਪੈਸਾ ਨਹੀਂ ਕਮਾਉਂਦੇ। ਭਾਉ ਭਗਤੀ, ਪ੍ਰੇਮਾ ਭਗਤੀ ਉਹਨਾਂ ਅੰਦਰ ਹੁੰਦੀ ਆ। ਉਹਨਾਂ ਨੂੰ ਪਤਾ ਹੁੰਦਾ ਵੀ ਧਰਤੀ 'ਤੇ ਕੀ ਕਰਨ ਆਏ ਆ। ਸਧਾਰਨ ਲੋਕ ਗੱਲਾਂ ਕਰਦੇ ਆ, ਗੱਪਾਂ ਮਾਰਦੇ ਆ, ਅਤੇ ਮਹੱਤਵਪੂਰਨ ਜਿਹੜੇ ਲੋਕ ਆ ਉਹਨਾਂ ਦੀ ਹਰ ਗੱਲ ਵਿੱਚ ਰੱਬ ਦੀ ਗੱਲ ਹੁੰਦੀ ਆ ਜੀ। ਸਧਾਰਨ ਜੇ ਲੋਕ ਤਨਖਾਹਾਂ ਲੈਂਦੇ ਆ, ਆਪਣਾ ਪਰਿਵਾਰ ਪਾਲਦੇ ਆ, ਜਿਹੜੇ ਮਹੱਤਵਪੂਰਨ ਲੋਕ ਹੁੰਦੇ ਆ ਉਹ ਭਲਾ ਵੀ ਕਰਦੇ ਆ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਉਹ ਤਨਖਾਹਾਂ ਵੰਡਦੇ ਵੀ ਆ, ਵੰਡ ਕੇ ਛਕਦੇ ਵੀ ਆ। ਅਤੇ ਸਧਾਰਨ ਜੇ ਲੋਕ ਜਿਹੜੇ ਹਨ ਆਪਾਂ ਵੇਖਦੇ ਹਾਂ, ਘੜੀ ਵੇਖ ਕੇ ਕੰਮ ਕਰਦੇ ਆ। ਮਹਾਂਪੁਰਖ ਰੱਬ ਦੇ ਪਿਆਰੇ ਨਾਮ ਸਿਮਰਨ ਕਰਨ ਸਮੇਂ ਵਾਰ ਵਾਰ ਘੜੀ ਨਹੀਂ ਵੇਖਦੇ। ਆਪਾਂ ਕਹਿੰਦੇ ਹਾਂ ਸਧਾਰਨ ਲੋਕ ਫੋਟੋਆਂ ਖਿਚਵਾਉਂਦੇ ਆ, ਦੇਖਦੇ ਹਾਂ, ਪਰ ਮਹੱਤਵਪੂਰਨ ਲੋਕਾਂ ਨੂੰ ਫੋਟੋਆਂ ਖਿਚਾਉਣ ਦੀ ਲੋੜ ਨਹੀਂ। ਉਹਨਾਂ ਦੀਆਂ ਫੋਟੋਆਂ ਛਪਦੀਆਂ ਨੇ, ਵਿਕਦੀਆਂ ਨੇ। ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ। ਇਸ ਕਰਕੇ ਭਾਈ ਸਧਾਰਨ ਅਤੇ ਮਹੱਤਵਪੂਰਨ ਵਿੱਚ ਅੰਤਰ ਦਿਨ ਅਤੇ ਰਾਤ ਵਰਗਾ ਹੁੰਦਾ ਸਮਝਣ ਦੀ ਲੋੜ ਆ। ਅਸੀਂ ਸਧਾਰਨ ਸਾਡੇ ਗੁਰੂ ਨੇ ਸਾਨੂੰ ਸਿੱਖ ਸਿੰਘ ਖਾਲਸਾ ਇਹ ਪਰਚਾ ਸ਼ਬਦ ਕਾ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਇਹ ਜਿਹੜੇ ਸਿਧਾਂਤ ਦਿੱਤੇ ਆ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹਨਾਂ ਦੇ ਉੱਪਰ ਪਹਿਰਾ ਦੇਣਾ ਚਾਹੀਦਾ, ਪਾਲਣਾ ਕਰਨੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇਸ ਤਰ੍ਹਾਂ ਭਾਈ ਉਹ ਜਿਹੜਾ ਤਪਾ ਸੀ, ਤਪਾ ਕਾਹਦਾ ਸੀ, ਉਹ ਤਾਂ ਬਗਲਾ ਹੀ ਸੀ, ਉਹਨੂੰ ਬਾਹਰ ਕੱਢ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਲੋਕ ਉਹਨਾਂ ਦੇ ਪਿੱਛੇ ਲੱਗ ਗਏ, ਫਿਰ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ ਆ। ਮਹਾਰਾਜ ਦਾ ਸੁਭਾਅ ਪਿਛਲੇ ਔਗਣ ਬਖਸ਼ ਲਏ, ਪ੍ਰਭਾਗੇ ਮਾਰਗ ਪਾਵੇ, ਸਾਰੀ ਸੰਗਤ ਨੂੰ ਮਾਫ਼ ਕਰ ਦਿੱਤਾ ਜੀ। ਇਹੀ ਗੁਰੂ ਦਾ ਬਿਰਧਾ, ਇਹੀ ਗੁਰੂ ਦਾ ਸੁਭਾਅ, ਇਹੀ ਗੁਰੂ ਦੀ ਸਹਿਣਸ਼ੀਲਤਾ, ਇਹੀ ਗੁਰੂ ਦਾ ਵੱਡਾ ਗੁਣ ਆ। ਨਿਮਰਤਾ ਸਾਰੇ ਗੁਣਾਂ ਦਾ ਹੀ ਨਿਚੋੜ ਆ ਜੀ। ਸੋ ਅੰਮ੍ਰਿਤ ਛਕੋ ਭਾਈ, ਸਿੰਘ ਸਜੋ, ਗੁਰੂ ਵਾਲੇ ਬਣੋ। ਕਥਾ ਵਿਚਾਰ ਕਰਦਿਆਂ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਗੁਰੂ ਦੀ ਸੰਗਤ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਹਨ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।